ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਇੱਕ ਨਾਮ ਚਰਚਾ ਦੇ ਵਿੱਚ ਹੈ ਇਹ ਨਾਮ ਹੈ ਅਮਰਿਤਪਾਲ ਸਿੰਘ ਜੋ ਮਰਹੂਮ ਸੰਦੀਪ ਸਿੰਘ ਉਰਫ ਦੀਪ ਸਿੱਧੂ ਵੱਲੋਂ ਬਣਾਈ ਗਈ ਵਾਰਿਸ ਪੰਜਾਬ ਦੇ ਚਥੇਬੰਦੀ ਦੇ ਨਵੇਂ ਮੁਖ ਅਮਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਦੇ ਮੁਖੀ ਵਜੋਂ ਤਸਤਾਰਬੰਦੀ ਚਥੇਬੰਦੀ ਦੀ ਪਹਿਲੀ ਵਰੀਗਣ ਮੁਖੇ ਦਰਅਸਲ ਇਸ ਦਿਨ ਦਮਦਮੀ ਤਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਪਿੰਡਰਾਵਲੇ ਦਾ ਜਨਮ ਦਿਨ ਵੀ ਹੈ ਅਮਰਿਤਪਾਲ ਸਿੰਘ ਆਪਣੇ ਆਪ ਬਾਰੇ ਕਹਿੰਦੇ ਹਨ ਚਾਹੇ ਤਾਂ ਕੋਈ ਮੈਨੂੰ ਛੋਟਾ ਭਰਾ ਮੰਨ ਸਕਦਾ ਹੈ ਜਾਂ ਵੱਡਾ ਭਰਾ ਮੇਰੀ ਉਮਰ ਵੀ ਇੰਨੀ ਕੁ ਹੈ ਅਮਰਿਤਪਾਲ ਸਿੰਘ ਆਪ ਕੁਝ ਨਹੀਂ ਹੈ ਇਸ ਸੰਘਰਸ਼ ਦੇ ਰਾਉ ਤੇ ਬਹੁਤ ਬੰਦੇ ਆਏ ਅਤੇ ਗਏ ਅਮਰਿਤਪਾਲ ਸਿੰਘ ਉਹਨਾਂ ਦੇ ਵਿੱਚੋਂ ਇੱਕ ਹੈ ਅਮਰਿਤਪਾਲ ਸਿੰਘ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਦੱਸਦੇ ਨੇ ਕਿ ਉਹਨਾਂ ਦਾ ਜਨਮ ਤੇ ਪਾਲਣ ਪੋਸ਼ਣ ਅਮ੍ਰਿਤਸਰ ਦੇ ਜੱਦੂ ਖੇੜਾ ਪਿੰਡ ਵਿੱਚ ਹੋਇਆ ਉੱਥੇ ਹੀ ਸਕੂਲੀ ਪੜਾਈ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਰੋਜ਼ਗਾਰ ਦੀ ਭਾਲ ਦੇ ਵਿੱਚ ਆਰਬ ਚਲੇ ਗਏ ਉਹਨਾਂ ਦਾ ਕਹਿਣਾ ਹੈ ਕਿ ਉਹ ਜਲਦੀ ਕਿਤੇ ਲੋਕਾਂ ਦੇ ਵਿੱਚ ਘੋਲਦੇ ਮਿਲਦੇ ਨਹੀਂ ਹਨ ਅਤੇ ਨਾ ਹੀ ਉਹਨਾਂ ਦੇ ਬਹੁਤ ਜ਼ਿਆਦਾ ਦੋਸਤ ਹਨ। ਇੱਕ ਇੰਟਰਵਿਊ ਮੁਤਾਬਕ ਉਹਨਾਂ ਨੇ ਦਾਅਵਾ ਕੀਤਾ ਕਿ ਦੁਬਈ ਰਹਿਣ ਦੌਰਾਨ ਉਹਨਾਂ ਨੇ ਉੱਥੋਂ ਦੀਆਂ ਮਸ਼ਹੂਰ ਇਮਾਰਤਾਂ ਜਿਨ੍ਹਾਂ ਨੂੰ ਦੇਖਣ ਦੂਰੋਂ ਦੂਰੋਂ ਲੋਕ ਆਉਂਦੇ ਹਨ ਉਹ ਵੀ ਨਹੀਂ ਦੇਖੀਆਂ। ਪੜਨ ਬਾਰੇ ਉਹ ਦੱਸਦੇ ਨੇ ਕਿ ਸਕੂਲ ਦੌਰਾਨ ਪੜ੍ਹਾਈ ਦੇ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਸ ਤੋਂ ਬਾਅਦ ਦੁਬਈ ਚਲੇ ਗਏ ਅਤੇ ਫਿਰ ਵਕਤ ਨਹੀਂ ਮਿਲਿਆ। ਉਹ ਕਹਿੰਦੇ ਨੇ ਕੰਠ ਹੋਣਾ ਤਾਂ ਬਹੁਤ ਜੜੀਆਂ ਉੱਚੀਆਂ ਰੂਹਾਂ ਨੇ ਉਹਨਾਂ ਨੂੰ ਹੁੰਦਾ ਹੈ ਅਸੀਂ ਤਾਂ ਬਾਣੀ ਸ਼ੁੱਧ ਪੜ ਲਈਏ ਉਹੀ ਬਹੁਤ ਹੈ ਗੁਰੂ ਇਤਿਹਾਸ ਸਿੱਖ ਇਤਿਹਾਸ ਬਾਰੇ ਪੜਿਆ ਹੈ ਉਹ ਵੀ ਸੀਮਤ ਪੜਿਆ ਹੈ ਪਰ ਜਿਹੜਾ ਪੜਿਆ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਸਮਝ ਆ ਗਿਆ ਸੀ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਪੜਨ ਨਾਲੋਂ ਜ਼ਿਆਦਾ ਸੁਣਨ ਦਾ ਸ਼ੌਂਕ ਹੈ ਤੇ ਪੋਡਕਾਸਟ ਵਗੈਰਾ ਸੁਣਦੇ ਨੇ ਉਹ ਕਹਿੰਦੇ ਨੇ ਪੰਜਾਬੀ ਬਹੁਤ ਜ਼ਿਆਦਾ ਡਾਇਸਪੋਰਾ ਵਿੱਚ ਹਨ ਉਸ ਪ੍ਰਸੰਗ ਦੇ ਵਿੱਚ ਗੁਲਾਮੀ ਨੂੰ ਸਮਝਣ ਦਾ ਯਤਨ ਕੀਤਾ ਹੈ ਹਾਲਾਂਕਿ ਇੱਕ ਹੋਰ ਇੰਟਰਵਿਊ ਦੌਰਾਨ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ 3 ਸਾਲ ਤੱਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਵੀ ਲਗਾਏ ਪਰ ਕਦੇ ਡਿਗਰੀ ਨਹੀਂ ਮਿਲੀ ਕਿਤਾਬਾਂ ਨਾਲ ਆਪਣੇ ਰਿਸ਼ਤੇ ਬਾਰੇ ਉਹ ਕਹਿੰਦੇ ਨੇ ਕਿਤਾਬਾਂ ਤੋਂ ਮੇਰੀ ਦੂਰੀ ਰਹੀ ਹੈ ਪਰ ਡਿਸਕਸ਼ਨ ਕੀਤੀਆਂ ਹਨ ਜਿਹੜੇ ਬਹੁਤ ਪੜ੍ਹਦੇ ਲਿਖਦੇ ਹਨ ਉਹਨਾਂ ਚਰਚਾਵਾਂ ਦੇ ਵਿੱਚ ਕਾਫੀ ਕੁਝ ਸਿੱਖ ਨੂੰ ਮਿਲਿਆ ਉਹ ਆਪਣੇ ਮੁਖਾਲਫਤ ਬਾਰੇ ਕਹਿੰਦੇ ਨੇ ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੈ ਜਿਹੜੇ ਲੋਕ ਕਹਿੰਦੇ ਸਨ ਕਿ ਦੀਪ ਸਿੱਧੂ ਦਾ ਪਾਜ ਉਗੜ ਜਾਵੇਗਾ ਅੱਜ ਉਹਨਾਂ ਕੋਲ ਜਵਾਬ ਨਹੀਂ ਹੈ ਇਹਨਾਂ ਲੋਕਾਂ ਨੇ ਇੱਕ ਪੈਟਰਨ ਬਣਾ ਰੱਖਿਆ ਹੈ ਕਿ ਜਿਹੜਾ ਬੰਦਾ ਮੌਕੇ ਉੱਤੇ ਹੈ ਉਸ ਦਾ ਵਿਰੋਧ ਕਰੋ ਅਤੇ ਜਿਹੜਾ ਸ਼ਹੀਦ ਹੋ ਗਿਆ ਹੈ ਉਸ ਨੂੰ ਸਵੀਕਾਰ ਕਰ ਲਓ। ਅੰਮ੍ਰਿਤਪਾਲ ਦਾ ਇੱਕ ਸਿਰ ਮੰਗਣ ਦਾ ਬਿਆਨ ਚਰਚਾ ਦੇ ਵਿੱਚ ਆਇਆ ਸੀ। ਉਸ ਬਾਰੇ ਉਹ ਕਹਿੰਦੇ ਨੇ ਕਿ ਸਿੱਖੀ ਦਾ ਪਹਿਲਾ ਸਿਰ ਮੰਗਤੀ ਹੈ। ਜਦੋਂ ਤੱਕ ਤੁਸੀਂ ਪੂਰਾ ਸਰੈਂਡਰ ਨਹੀਂ ਕਰਦੇ ਉਦੋਂ ਤੱਕ ਗੱਲ ਨਹੀਂ ਬਣਦੀ। ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਧਾਰਮਿਕ ਬਣ ਜਾਵੇ ਅਤੇ ਉਸ ਤੋਂ ਬਾਅਦ ਕਿਸੇ ਗੱਲ ਨੂੰ ਮੰਨ ਲਵੇ ਇਸ ਦੀ ਤਾਂ ਖੁੱਲ੍ਹ ਹੋਣੀ ਚਾਹੀਦੀ ਹੈ। ਅਸੀਂ ਕਿਹੜਾ ਸਿਰ ਮੰਗ ਕੇ ਵੇਚਣੇ ਲਾਉਣੇ ਸੀ ਇਹ ਤਾਂ ਗੁਰੂ ਨੂੰ ਸਮਰਪਣ ਹੈ ਉਹ ਕਹਿੰਦੇ ਹਨ ਕਿ ਨਾਮ ਲਿਖਵੋਣ ਲਈ ਉਹ ਅੰਮ੍ਰਿਤ ਛਕਣ ਲਈ ਕਹਿੰਦੇ ਨੇ ਕਿ ਅੰਮ੍ਰਿਤ ਛਕਣ ਲਈ ਨਾਮ ਲਿਖਾ ਜਾਓ ਅੰਮ੍ਰਿਤਪਾਲ ਸਿੰਘ ਕਹਿੰਦੇ ਨੇ ਕਿ ਪੁਰਾਣੀਆਂ ਜਥੇਬੰਦੀਆਂ ਨਵੇਂ ਬੰਦੇ ਖਾਸ ਕਰਕੇ ਆਜ਼ਾਦ ਖਿਆਲ ਨੂੰ ਥਾਂ ਨਹੀਂ ਦਿੰਦੇ